ਅੱਜ ਆਪਾਂ ਗੱਲ ਕਰਦੇ ਹਾਂ ਬਾਸਮਤੀ ਦੇ ਰੇਟਾਂ ਦੀ। ਇਸ ਸਾਲ ਬਾਸਮਤੀ ਦੇ ਰੇਟ ਚੰਗੇ ਰਹੇ ਹਨ। ਸਭ ਤੋਂ ਪਹਿਲਾਂ 1509 ਦੇ ਰੇਟ ਤਕਰੀਬਨ 3000 ਤੋਂ 3500 ਦੇ ਆਸ ਪਾਸ ਰਹੇ ਸਨ। ਇਸੇ ਤਰ੍ਹਾਂ ਹੀ 1121 ਵੀ ਮੰਡੀਆਂ ਦੇ ਵਿੱਚ ਆਮਦਨ ਹੋਣੀ ਸ਼ੁਰੂ ਹੋ ਚੁੱਕੀ ਹੈ। 1121 ਦੇ ਰੇਟ ਵੀ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਹੀ ਵਧੀਆ ਰਹਿ ਰਹੇ ਹਨ। ਤਕਰੀਬਨ ਜੇਕਰ ਗੱਲ ਕੀਤੀ ਜਾਵੇ ਤਾਂ 1121 ਦੇ ਰੇਟਾਂ ਦੀ, ਜੇਕਰ ਤੁਹਾਡੀ ਕੁਆਲਿਟੀ ਵਧੀਆ ਹੈ ਤਾਂ ਹੱਥੀਂ ਝਾੜੀ ਹੋਈ ਹੈ ਤਾਂ ਤਕਰੀਬਨ 4000 ਤੋਂ ਪਰ ਰੇਟ ਲੱਗ ਰਿਹਾ ਹੈ। ਜਾਂ ਕਿਤੇ ਕਿਤੇ ਕੰਬਾਈਨ ਦੀ ਵੱਢੀ ਦਾ ਰੇਟ 4000 ਤੋਂ 100 ਜਾਂ 200 ਰੁਪਈਆ ਘੱਟ, ਜਾਂ 100 ਜਾਂ 200 ਰੁਪਈਆ 4000 ਤੋਂ ਵੱਧ ਇਸ ਸਾਲ ਤਕਰੀਬਨ ਰੇਟ ਦੇ ਰੁਝਾਨ ਆ ਰਹੇ ਹਨ, ਜੋ ਕਿ ਇੱਕ ਚੰਗੀ ਗੱਲ ਹੈ। ਜੇਕਰ ਕੱਲ੍ਹ ਦੇ ਰੇਟਾਂ ਦੀ ਗੱਲ ਕੀਤੀ ਜਾਵੇ ਤਾਂ 1121 ਬਾਸਮਤੀ ਦੇ ਰੇਟ ਕਿਹੋ ਜਿਹੇ ਰਹੇ ਹਨ। ਫਤਿਹਾਬਾਦ ਮੰਡੀ ਵਿੱਚ 1121 ਦਾ ਰੇਟ 4500 ਰੁਪਈਆ, ਨਾਭਾ ਮੰਡੀ ਵਿੱਚ 1121 ਦਾ ਰੇਟ 3500 ਤੋਂ ਲੈ ਕੇ 4210 ਰੁਪਈਏ, ਸਿਰਸਾ ਵਿੱਚ 1121 ਦਾ ਰੇਟ 3850 ਰੁਪਈਏ, ਖਨੌਰੀ ਮੰਡੀ ਵਿੱਚ 1121 ਦਾ ਰੇਟ 3625 ਤੋਂ 3800 ਰੁਪਈਆ। ਜੇਕਰ ਫਗਵਾੜਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ 1121 ਦਾ ਰੇਟ 4900 ਤੋਂ ਲੈ ਕੇ 4100। ਜੇਕਰ ਫਗਵਾੜਾ ਮੰਡੀ ਵਿੱਚ ਵੀ ਸੇਮ ਹੀ ਰੇਟ ਹੈ ਅਤੇ ਜੜਿਆਲਾ ਗੁਰੂ ਵਿੱਚ ਵੀ 4970 ਤੋਂ ਲੈ ਕੇ 4140 ਰੁਪਈਏ ਰੇਟ। ਜੇਕਰ ਪੰਜਾਬ ਦੀਆਂ ਸਾਰੀਆਂ ਹੀ ਮੰਡੀਆਂ ਦੀ ਗੱਲ ਕੀਤੀ ਜਾਵੇ ਜਾਂ ਹਰਿਆਣੇ ਵਿੱਚ ਵੀ, 1121 ਦਾ ਰੇਟ 4000 ਦੇ ਆਸ ਪਾਸ ਜਾਂ 4000 ਤੋਂ ਉੱਪਰ ਹੀ ਚੱਲ ਰਿਹਾ ਹੈ, ਜੋ ਕਿ ਇੱਕ ਚੰਗੀ ਗੱਲ ਹੈ। ਇਸ ਸਾਲ ਬਾਸਮਤੀ ਬਹੁਤ ਹੀ ਵਧੀਆ ਰਹਿ ਰਹੀ ਹੈ, ਝੋਨੇ ਨਾਲੋਂ ਵੀ 1121 ਬਾਸਮਤੀ ਵਧੀਆ ਨਿਕਲ ਰਹੀ ਹੈ। ਜੇਕਰ ਤੁਸੀਂ ਵੀ ਵੇਚੀ ਹੋਵੇ ਇਸ ਸਾਲ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਰੇਟ ਜ਼ਰੂਰ ਦੱਸਿਓ।